ਸਰਦਾਰ ਰਜਿੰਦਰ ਸਿੰਘ ਜੀ ਮਿੰਟੂ ਜੀ ਉਹਨਾਂ ਨੂੰ ਬੇਨਤੀ ਹੋਵੇ ਇੱਥੇ ਆ ਜਾਣ ਅਤੇ ਸਰਦਾਰ ਹਰਭਜਨ ਸਿੰਘ ਜੀ ਉਹਨਾਂ ਨੂੰ ਬੇਨਤੀ ਹੋਵੇ ਇੱਥੇ ਆ ਜਾਣ ਅਤੇ ਆਪਣਾ ਹਰਮਿੰਦਰ ਵੀਰ ਜੀ ਇੱਥੇ ਜੋ ਸਾਰੀ ਸੇਵਾ ਦੇ ਬਾਰੇ ਨੇ ਚਰਨਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਆਪ ਸਾਰੇ ਇੱਥੇ ਆ ਜਾਓ ਅਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਇੱਕ ਤਾਂ ਜੋ ਆਪ ਜੀ ਨੇ ਵੇਰਵਾ ਸੁਣ ਲਿਆਵੇ ਅਤੇ ਜੇ ਵੇਰਵਾ ਖਾਲੀ ਓਫੀਸ਼ਲ ਮਾਸਟਰ ਬਾਬਾ ਜੀ ਦੀ ਕਿਰਪਾ ਨਾਲ ਚੱਲ ਸਕਦੇ ਓਫੀਸ਼ਲੀ ਆ ਰਿਹਾ ਵੇ ਅਤੇ ਇਸ ਸੰਗਤ ਦੇ ਸਾਹਮਣੇ ਜੋਤੀ ਭੈਣ ਜੀ ਨੂੰ ਵੀ ਬੇਨਤੀ ਹੋ ਕੇ ਆ ਜਾਣ ਅਤੇ ਸਿਰਫ ਓਫੀਸ਼ਲ ਆ ਰਿਹਾ ਵੇ ਕਿਉਂਕਿ ਕਈ ਚੀਜ਼ਾਂ ਓਫੀਸ਼ਲੀ ਕਰਨੀ ਪੈਣੀਆਂ ਨੇ ਜੋ ਸਾਡੇ ਪੈਸੇ ਜੀ ਨੂੰ ਵੀ ਮੈਨੂੰ ਭੇਜਣੀਆਂ ਹੁੰਦੀਆਂ ਨੇ ਕਿ ਐਸ ਜੀ ਐਵੇਂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਤੇ ਮੈਂ ਬੇਨਤੀ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਆਪ ਜੋਗੇ ਆ ਜਾਓ ਇਹ ਓਫੀਸ਼ਲ ਲਾਂਚ ਹੋ ਰਿਹਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅਤੇ ਆਪ ਸਾਰਿਆਂ ਨੇ ਜੋ ਹੈ ਅਸੀਸ ਦੇਣੀ ਬਾਬਾ ਜੀ ਕਿਰਪਾ ਕਰਨ ਸਾਰਿਆਂ ਨੂੰ ਜੋ ਸੰਗਤ ਸਾਰੀ ਜੋ ਹੈ ਜੈਕਾਰੇ ਦੇ ਰੂਪ ਵਿੱਚ ਜੋਤੀ ਭੈਣ ਜੀ ਅਤੇ ਆਪਣਾ ਜੋਤੀ ਭੈਣ ਜੀ ਅਤੇ ਇੱਥੇ ਜੋ ਆਪਣਾ ਸਿੱਧੇ ਗੱਲ ਹੋ ਜਾਣਾ ਇਸੇ ਤਰ੍ਹਾਂ ਜੋਤੀ ਭੈਣ ਜੀ ਵੀ ਔਰ ਚੌਂਕ ਦੀ ਸਾਰੀ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿਵੇਂ ਆਪਣਾ ਸੁਰਿੰਦਰ ਕਲੋਥ ਵਾਲੇ ਜੋ ਸਾਰੇ ਭੈਣ ਜੀ ਬੈਠੇ ਹੋਏ ਨੇ ਪਹਿਲੇ ਲਖਨਊ ਤੋਂ ਅਟੈਚ ਸੀ ਹੁਣ ਬੀਬੀ ਕਾਲਜ ਭਲਾਈ ਕੇਂਦਰ ਨਾਲ ਸਾਰੀ ਜੋ ਯੂਨਿਟ ਅਟੈਚ ਹੋਈ ਹੈ ਅਤੇ ਜਿਵੇਂ ਤੁਹਾਨੂੰ ਪਤਾ ਬੀਬੀ ਕਾਲਜ ਗੁਰਮਤਿ ਸੇਵਾ ਜੱਥਾ ਜੋ ਸਾਰਾ ਚੱਲ ਰਿਹਾ ਵੇ ਇਹਦਾ ਜੋ ਨਾਮ ਰੱਖਿਆ ਗਿਆ ਵੇ ਤੁਹਾਡੀ ਕਿਰਪਾ ਸੰਗਤ ਦੀ ਕਿਰਪਾ ਦੇ ਨਾਲ ਗੁਰੂ ਦੀ ਅਸੀਸਾਂ ਦੇ ਨਾਲ ਬਾਬਾ ਦੀਪ ਸਿੰਘ ਜੀ ਬਾਲ ਗੁਲਵਾੜੀ ਨਿਸ਼ਕਾਮ ਗੁਰਮਤਿ ਅਕੈਡਮੀ ਬਿਲਕੁਲ ਨਿਸ਼ਕਾਮ ਕੋਈ ਮਾਇਆ ਨਹੀਂ ਸਾਰਾ ਕੁਝ ਫਰੀ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਵਿੱਚ ਕੀਰਤਨ ਸਿਖਲਾਈ ਵੀ ਉਹਦੇ ਵਿੱਚ ਤਬਲਾ ਸਿਖਲਾਈ ਵੀ ਉਹਦੇ ਦੁਮਾਲਾ ਸਿਖਲਾਈ ਵੀ ਉਹਦੇ ਵਿੱਚ ਗੁਰਬਾਣੀ ਦੀ ਸੰਥਿਆ ਵੀ ਉਹ ਚਲਦੀ ਵੀ ਸੀ ਇਹ ਹੁਣ ਲਗਾਤਾਰ ਬਾਬਾ ਜੀ ਦੀ ਕਿਰਪਾ ਹੋਰ ਪ੍ਰਮੋਟ ਹੋਏਗਾ ਜਿੱਥੇ ਜਿੱਥੇ ਵੱਡੀ ਸਟੇਜਾਂ ਨੇ ਹੁਣ ਜਿਹਨਾਂ ਨੇ ਚੌਕ ਗੁਰਦੁਆਰੇ ਦੇ ਗਣਤਰ ਹੁਣ ਬਾਬਾ ਜੀ ਕਿਰਪਾ ਕਰ ਇਹਨਾਂ ਨੂੰ ਬਾਹਰ ਲੈ ਕੇ ਜਾਣਾ ਭਾਵੇਂ ਜਿੱਥੇ ਵੀ ਲੋੜ ਹੋਏਗੀ ਅਤੇ ਭਾਵੇਂ ਸਾਡੀ ਗੱਲ ਵੀ ਚੱਲ ਰਹੀ ਸੀ ਸਲਾਨਾ ਸਮਾਗਮ ਹੁੰਦਾ ਮਹਾਂਪੁਰਸ਼ਾਂ ਵੱਲੋਂ ਅਤੇ ਉੱਥੇ ਬੱਚੇ ਹਾਜ਼ਰੀ ਭਰਦੇ ਨੇ ਇਹਨਾਂ ਨੇ ਫਿਊਚਰ ਵਿੱਚ 37 ਸਾਲ ਵੀ ਹੋਰ ਵੀ ਗੱਲ ਸਾਰਾ ਗੁਰੂ ਸਾਹਿਬ ਜੀ ਦੀ ਕਿਰਪਾ ਦਾ ਉਹ ਸੇਵਾ ਬਾਬਾ ਜੀ ਲੈ ਸਾਰੇ ਜੈਕਾਰੇ ਦੱਸੋ ਇੱਕ ਵਾਰੀ ਪਿਆਰ ਵਿੱਚ ਇੱਕ ਜੋ ਰਾਜੂ ਵੀਰ ਜੀ ਨੂੰ ਸਤਿਕਾਰ ਦੇਣਾ ਮੈਂ ਮਿੰਟੂ ਵੀਰ ਜੀ ਨੂੰ ਬੇਨਤੀ ਕਰਾਂਗਾ ਉਹ ਆਪਣਾ ਬੀਬੀ ਕਾਲਜ ਭਲਾਈ ਕੇਂਦਰ ਬੀਬੀ ਕਾਲਜ ਗੁਰਮਤ ਸੇਵਕ ਜੱਥਾ ਔਰ ਕੁਟੀਆ ਸਾਹਿਬ ਔਰ ਬਾਬਾ ਦੀਪ ਸਿੰਘ ਜੀ ਗੁਰਮਤ ਜੋ ਨਿਸ਼ਕਾਮ ਅਕੈਡਮੀ ਸ਼ੁਰੂ ਹੋਈ ਹੈ ਇਹ ਸਾਰਿਆਂ ਵੱਲੋਂ ਬਾਬਾ ਜੀ ਦੀ ਕਿਰਪਾ ਨਾਲ ਉਸ ਰੋਪਾ ਦਿੱਤਾ ਜਾਏਗਾ ਅਤੇ ਨਾਲ ਹੀ ਜੋਤੀ ਭੈਣ ਜੀ ਨੂੰ ਵੀ ਮਿਲਦੀ ਹੈ ਉਹ ਵੀ ਅੱਗੇ ਆ ਕੇ ਸਰਕਾਰ ਲੈ ਫਿਰ ਸਮਾਪਤੀ ਹੈ ਭਾਵੇਂ 2-4-5 ਮਿੰਟ ਉੱਪਰ ਹੋ ਗਏ ਨੇ ਹੁਣ ਅਗਲੀ ਵਾਰ ਤੁਹਾਨੂੰ ਇਹ ਚੀਜ਼ ਲਈ ਉਲਾਮਾ ਨੂੰ ਕਹਿਣਾ ਪਏਗਾ ਕਿ ਤੁਹਾਡਾ ਇੰਨਾ ਟਾਈਮ ਲੈ ਲਿਆ ਹੁਣ ਤੁਹਾਡੇ ਸੰਗਾਂ ਦੇ ਸਾਰੇ ਸਾਹਮਣੇ ਆ ਚੁੱਕੇ ਹੋਏ ਰਾਜਵਿੰਦਰ ਸਰਕਾਰ